रहमान रहीम, अस्सलाम वालेकुम। की हाल चाल है मेरे तमाम बहन भाई, उम्मीद करना सारे ठीक होंगे, जितने भी खुश रहो, आबाद रहो, हमेशा हंसते बसते रहो, अल्हम्दुलिल्लाह। बिल्कुल वेलकम जी, नया मिला के तमाम बहन भाई खुश आमदीद करने, टाइम चोन हो गया, मिला के जी नॉन स्टार करें दुकान पर बैठे थे। देखो सुबह नाल जाना, क्योंकि ऑलरेडी मैं तो ऑनलाइन वेख लिया, लेकिन अगले ने सरप्राइज दिता है। 300 यूनिट छड़िया है अबूरा के नाम का, देखो बशीर अहमद, 12,208 रुपये बिल है, बहुत ज़्यादा बिल, बहुत ही ज़्यादा। अच्छा जी 27 रुपये, पता नहीं की हिसाब लगा दिते हैं। पीछे बिल वेखो 3,000, क्योंकि ना मेरे को तरिया कोई नहीं आ गया, मैं लेट तारे आ गया, 2,500 आ गया, लेकिन मैं फिर 10-15 दिन ठहर के तारे आ गया, उस तो पीछे जाना 2,500 तो मैं ठीक तार ले आ गया टाइम से, बाकी आप पीछे वेखो थोड़े थोड़े बिल ले गया। खैर जो अलग पूरी चले गए काम होने, तो जाना दुकान पर बैठे आ गए, अलहमदिल्ला दुकान चला रहे हैं, पानी क्योंकि ना फ्रीजर चलाई दे ना कुछ पता भी जाना, काफ़ी सारा बिल बढ़ गया इजाफा हो गया, बाकी बोतल काफ़ी सारी जी तू ही ला के रख दी है, माशाल्लाह अच्छी खासी सेल होंगी है बोतलों की, इंशाल्लाह अल्लाह ने चाहा था चौदह 3-4 दिन पै गया, कोशिश करा थोड़ा बहुत जो समान पा लिया मैंने, इस करके हाथ बेच लग रहे हैं। खैर खैर फिर मुलाकात होंगी है, यार पता आदर मौके दुकान पर बैठे ਬਾਜੀ ਹੋਰਾਂ ਜੀ ਨੇ ਆਪਣੀਆਂ ਰੋਟੀਆਂ ਵਗੈਰਾ ਲਗਾਈਆਂ ਨੇਗੀਆਂ, ਇਸ ਤੋਂ ਬਾਅਦ ਹੁਣ ਆਪਾਂ ਬਾਲਣੀਆਂ ਹੈ ਨਾ, ਬਸ ਹੁਣ ਆਪਾਂ ਬਾਲ ਕੇ ਨਾ ਖਿਲਾ ਲੈਂਦੇ ਹਾਂ ਰੋਟੀ। ਚਲੋ ਸਹੀ ਹੋ ਗਿਆ, ਨਾਲ ਨਾਲ ਤੇ ਆਪਾਂ ਬਾਲ ਲਾ ਤੰਦੂਰ ਲੇਤਰ ਹੋ ਜਾਸੇ ਜੀ। ਉਹ ਪਤਾ ਹੈ ਕਿ ਬਾਲਣ ਵਿੱਚ ਹੈਗਾ ਉਹ ਤਾਂ ਉਸੇ ਟਾਈਮ ਬਾਲ ਜਾਣਾ ਤੁਸੀਂ, ਆਟਾ ਜੇ ਗੁੰਨਿਆ ਕੋਈ ਆਟਾ ਗੁੰਨਣਾ ਤੇ ਫੇਰ ਹੀ ਲਾਣੀ ਹੈ। ਇਹ ਗੱਲ ਵੀ ਬਜਾ, ਚਲੋ ਸਹੀ ਹੋ ਗਿਆ, ਬਾ ਗਰਮੀ ਜੇ ਨਾ ਅੱਜ ਆ ਫੇਰ ਉਹਦੇ ਨਾਲ ਵੀ ਗਰਮੀ ਬਣੀ ਖੜੀ ਹੈ, ਕੱਲ ਵੀ ਕਾਫੀ ਜ਼ਿਆਦਾ ਹੀ ਆ ਜੇ ਨਾ ਉਸ ਤੋਂ ਕਹਿੰਦੇ। ਬਿੱਲ ਕਿੰਨਾ ਹੈ ਬਾਈ ਤੁਹਾਡਾ? ਅਮੀਰ ਜਿਹਨਾਂ ਤੰਦੂਰ ਜਿਹਨਾਂ ਬਾਲ ਰਿਹਾ ਗਿਆ, ਰੋਟੀ ਜਿਹਨਾਂ ਬਣਾਉਣ ਲੱਗਿਆ ਗਿਆ, ਸਾਲਾਂ ਤੋਂ ਬਣ ਗਿਆ ਪਤਾ, ਜ਼ਬਰਦਸਤ ਬਿਹਤਰੀਨ ਹੋ ਗਿਆ, ਪਰ ਗਰਮੀ ਜੈਨ ਅਖੀਰ ਦੇਖਣੀ ਅੰਮੀ, ਹਾਂ ਦਿਨ ਦਿਨ ਵਧੀ ਜਾਂਦੀ ਹੈਗੀ। ਅੱਜ ਜੇ ਬੇਗਮ ਨੇ ਜੇ ਨੇ ਰੋਟੀ ਪਾਣੀ ਟਾਈਮ ਟਾਈਮ ਕਰ ਲਿਆ, ਲੇਕਿਨ ਇਧਰ ਇੰਝ ਕਰਕੇ ਨਾ ਇੱਧਰ ਵੀ ਸਿੱਖ ਆਉਂਦਾ, ਇੱਧਰ ਵੀ ਸਾਲਾਂ ਪਕਾ ਲਿਆ ਤਾਂ ਨੰਦੀ ਤੇ ਚਲ, ਹਾਂ ਗਰਮੀ ਅਖੀਰ ਦੀ ਹੈ ਨਾ, ਬਾਕੀ ਇਸ ਕਰਕੇ ਜਿਹੜਾ ਮੈਂ ਕੱਲ੍ਹ ਪਤਾ ਕੀਤਾ ਨਾ, ਇਸ ਕਰਕੇ ਨਾ ਵੀ ਡਾਇਰੈਕਟ ਪਾਣੀ ਉੱਧਰ ਜਾਵੇ, ਆਹ ਲਾਲ ਮਾਮਲਾ ਹੀ ਖਤਮ ਹੋ ਜਾਵੇ ਆ ਇਸ ਕਰਕੇ। ਖੈਰ ਕੋਈ ਨਹੀਂ, ਜੋ ਆਉਂਦਾ ਹੈਗਾ ਬਿਹਤਰੀ ਲਏ ਇਨਸ਼ਾਅੱਲਾ, ਇਸ ਤਰ੍ਹਾਂ ਕਰ ਲਵਾਂਗੇ ਬਿਨਾਂ ਜਿਵੇਂ ਜੱਟ ਵਿੱਚ ਮੋਟਰ ਚਲਾਉਣੀ, ਉਹ ਡਾਇਰੈਕਟ ਪਾਣੀ ਵੇਸਟ ਹੋ ਜਾਂਦਾ ਹੈ ਕਿ ਬੰਦਾ ਮਤਲਬ ਕਿ ਜਿਸ ਟਾਈਮ ਜਿਹੜਾ ਸਬਰ ਵਗੈਰਾ ਇਸਤੇਮਾਲ ਕਰਦਾ, ਉਸ ਟਾਈਮ ਬੰਦਾ ਸ਼ਾਵਰ ਬੰਦ ਕਰ ਦਿਆ ਤਾਂ ਡਾਇਰੈਕਟ ਚੱਲਦਾ ਆ ਰਹਿੰਦਾ, ਇਸ ਕਰਕੇ ਜਿਹੜਾ ਬਿਜਲੀ ਦੇ ਬਿੱਲ ਆਉਣੇ ਇਹ ਜਿਹਨਾਂ ਕੋਲ ਜ਼ਿਆਦਾ, ਅਤੇ ਉਹ ਇੱਕ ਜਿਹਨਾਂ ਸਸਤੇ ਤੋਂ ਸਸਤਾ ਸਭ ਤੋਂ ਸਸਤਾ ਜਿਹੜਾ ਉਹ ਇਹਨਾਂ ਕੋਲ ਪਿਆ 8,000 ਦਾ, ਅਗਰ ਪੂਰਾ ਲਿਖਿਆ ਜਾਵੇ ਨਾ ਮਤਲਬ ਕਿ ਚੰਗਾ ਤਾਂ 50,000 ਦੇ ਵੀ ਜਾਂਦੇ, ਲੇਕਿਨ ਅਗਰ ਜੋ ਇਕੱਲਾ ਵਿੱਚ ਮਿਲਿਆ ਨੇ ਮੈਂ ਕਿਹਾ ਹਜ਼ਾਰ ਦੋ ਲੈ ਲਓ, ਉਹ ਇੱਕ ਦੇ ਦੋ ਲੈ ਕੇ ਇੰਨੇ ਇੰਝ ਵੇਚ ਨਹੀਂ ਸਕਦੇ। ਕਰ ਰਹੇ ਹਾਂ ਸਾਰੀ ਆਲ ਓਵਰ ਦੁਕਾਨ ਦੀ ਸਫਾਈ ਸੁਥਰਾਈ, ਖੱਟਾ ਜਿਹਨਾਂ ਬਹੁਤ ਜ਼ਿਆਦਾ ਜਿਹਨਾਂ ਪਿਆ ਪਿਆ ਹੈਗਾ,
ਬਹੁਤ, ਕਿਉਂਕਿ ਬੋਰ ਕਹਿੰਦਾ ਘੱਟ ਵੱਧ ਹੀ ਕਰਦੇ ਹੈਗੇ ਸਫਾਈ ਸੁਥਰਾਈ ਹੈਗਾ ਕਿ ਸਫਾਈ ਸੁਥਰਾ ਕਰ ਲੈਂਦੇ ਹੈਗੇ ਬੋਰ ਗਏ ਛੋਟੇ ਕੰਮ ਇੱਧਰੋਂ ਸ਼ਟਰ ਥੱਲੇ ਕੀਤਾ ਤਾਂ ਕਿ ਜਾਣਾ ਇਹ ਦੋਵੇਂ ਨਹੀਂ ਕੱਟਿਆ ਦੋਵੇਂ ਦੇ ਪਾਣੀ ਦੇ ਚੁਣਕੇ ਨਿਕਲ ਕੇ ਥੱਲੇ ਫਰੈਸ਼ ਖਰਾਬ ਹੁੰਦਾ ਰਹਿੰਦਾ ਇਹ ਵੀ ਕਿਵੇਂ ਆ ਵੇਖੋ ਸਾਰੀ ਸਫਾਈ ਸੁਥਰਾਈ ਕੀਤੀ ਏ ਟੂ ਜ਼ੈਡ ਮੁਕੰਮਲ ਅਲਹਮਦੁਲਿਲਾ ਕੋਸ਼ਿਸ਼ ਕੀਤੀ ਹੈਗੀ ਬਿਹਤਰੀਨ ਹੋ ਗਿਆ ਥੋੜ੍ਹੇ ਬਹੁਤ ਨਿਸ਼ਾਨ ਹਨ ਉਹ ਜਿਹੜੇ ਅੰਦਰਲੀ ਸਾਈਡ 'ਤੇ ਆ ਗਿਆ ਬਸ ਇੱਕ ਦੋ ਵਾਰੀਆਂ ਰਹਿ ਗਈਆਂ ਇਨਸ਼ਾਅੱਲਾ ਕਰ ਲੈਂਦੇ ਹਾਂ ਬਾਕੀ ਅੰਦਰੋਂ ਸਾਰੀ ਆਲ ਟੂ ਜ਼ੈਡ ਜਿਹੜੇ ਸਫਾਈ ਸੁਥਰਾਈ ਮਾਸ਼ਾਅੱਲਾ ਅਲਹਮਦੁਲਿਲਾ ਓਕੇ ਹੋ ਗਈ ਹੈ ਕਿਉਂਕਿ ਨਾ ਸਾਫ਼ ਸੁਥਰਾ ਮਾਹੌਲ ਜਿਹੜਾ ਜ਼ਿਆਦਾ ਪਿਆਰਾ ਲੱਗਦਾ ਸ਼ੀਸ਼ੇ ਬਸ ਰਹਿ ਗਏ ਥੋੜ੍ਹੇ ਥੋੜ੍ਹੇ ਥੱਲੂ ਵਾਲੇ ਥੋੜ੍ਹੀ ਕਰ ਲੈਂਦੇ ਹਾਂ ਬਾਕੀ ਅੰਡੇ ਵਗੈਰਾ ਪੈ ਗਏ ਮੁਰਗੀ ਬੈਠੀ ਹੋਈ ਇੱਥੇ ਪੀਠੇ ਦਿਨ ਟਾਈਮ ਜ਼ਿਆਦਾ ਜਿਹੜਾ ਉਬਰ ਨਾ ਗਰਮ ਹੋ ਰਿਹਾ ਇਹਨੂੰ ਕਰਨਾ ਬੰਦ ਜਦੋਂ ਸਾਰੇ ਜਿਹੜੇ ਬਾਹਰ ਆ ਕੇ ਬੇਗਮ ਕਰਨ ਲੱਗੀ ਸਫਾਈ ਸੁਥਰਾ ਮਾਮਾ ਦੀ ਸਰ ਸੂਟ ਪਾਉਣ ਲੱਗੀ ਇਹ ਤਾਂ ਪਵਾਉਣਾ ਮਾਸ਼ਾਅੱਲਾ ਪਿਆਰਾ ਹੈ ਵੈਰੀ ਵੈਰੀ ਪਿਆਰਾ ਜ਼ਬਰਦਸਤ ਜ਼ਬਰਦਸਤ ਹੋ ਗਿਆ ਜ਼ਬਰਦਸਤ ਟੁੱਟ ਲੈਂਦੇ ਜੇ ਦੁਕਾਨ ਚੱਲਣਾ ਚਲੋ ਸਹੀ ਮੈਂ ਦੁਕਾਨ ਬਣ ਆ ਗਿਆ ਸਮਾਟ ਸਪੋਰਟ ਦੇਣਾ ਆ ਗਿਆ ਬੈਠੋ ਨਾ ਮਿਲਾਜ ਬਣਾ ਲਓ ਚੱਕ ਫਿਰ ਜਾਂਦਾ ਥੋੜ੍ਹੀ ਪੀਂਦਾ ਹਾਂਜੀ ਅੰਮੀ ਹੋਰੀ ਜਿਹੜੇ ਸ਼ਿਫਟਿੰਗ ਹੋ ਗਈ ਉਦੋਂ ਉਹਨਾਂ ਨੇ ਕਿਹਾ ਗਿਆ ਕਿ ਆਦਿ ਜਿਹਨੇ ਥਾਪੀਆਂ ਉੱਥੇ ਪੜ੍ਹ ਲਓ ਫਿਰ ਸੀਨੀਆਂ ਸੁੱਕੀਆਂ ਜਿਹਨੇ ਇੱਧਰ ਲੈ ਕੇ ਆ ਗਿਆ ਸੀ ਇੱਥੇ ਜਿਹੜੇ ਨਾ ਉਹਨਾਂ ਅੰਮੀ ਹੋਰੀ ਥੱਪਦੇ ਆ ਗਿਆ ਚੱਲ ਪਰਤਵਾ ਚ ਇਹੀ ਹੈ ਮੈਨੂੰ ਲੱਗਦਾ ਨਾ ਕਿਉਂਕਿ ਅੱਛਾ ਇਹਦੇ ਉੱਤੇ ਵੀ ਪਾਉਂਦੀ ਮੈਨੂੰ ਲੱਗਦਾ ਚਲੋ ਸਹੀ ਹੋ ਗਿਆ ਜ਼ਬਰਦਸਤ ਖੈਰ ਚਲ ਛੇਤੀ ਨੇ ਕਰ ਲਓ ਫਿਰ ਚੱਲ ਜੂਟੇ ਛੁੱਟ ਲੰਘ ਗਏ ਸਾਰੇ ਬਾਕੀ ਇਹਦਾ ਜਿਹੜਾ ਨਾ ਕੀ ਲਈ ਫਿਰਦਾ ਪੁੱਤਰ ਮਰਚੀ ਕਿਤੋਂ ਲਈ ਹਾਂ ਸੁਬਹ ਫਸਟ ਟਾਈਮ ਹੈ ਅੱਛਾ ਅਬੋਰੇ ਜਿਹਨੇ ਇੱਥੇ ਬੈਠੇ ਗਿਆ ਮੈਨੂੰ ਲੱਗਦਾ ਕਿ ਉਹ ਠੰਡਾ ਜਿਹਾ ਕੁੰਚ ਲਾਇਆ ਗਰਮ ਗਰਮ ਹਵਾ ਹੈਗਾ ਥੋੜ੍ਹਾ ਜਿਹਾ ਪਾਣੀ ਮਜ਼ੀਦ ਪਾ ਲਿਓ ਕਹਿੰਦਾ ਲੀਕ ਜਿਹਾ ਬਿੱਲ ਜਿਹਨਾਂ ਕਾਫੀ ਜ਼ਿਆਦਾ ਆ ਰਿਹਾ ਸੁਣਾਓ ਅੱਬੂ ਜੀ ਸੈੱਟ ਵੈਸੇ ਨਾ ਅੱਬੂ ਗੱਲ ਬਤਾ ਮੈਂ ਪਤਾ ਕੀਤਾ ਹੈਗਾ ਅਗਰ ਤਿੰਨ ਹੋਵੇ ਨਾ ਸੋਲਰ ਵੀ ਤਿੰਨ ਸੋਲਰ ਹੋ ਜਾਵੇ ਇਨਵਰਟਰ ਨਾਲ ਇੱਕ ਬੈਟਰੀ ਅਤੇ ਆਪਾਂ ਤਾਂ ਛੋਟੇ ਜਿਹੇ ਮਤਲਬ ਕਿ ਜਿੰਨਾ ਕਿ ਮਾਸ਼ਾਅੱਲਾ ਘਰ ਤਾਂ ਵੱਡਾ ਹੈਗਾ ਲੇਕਿਨ ਹੈਗਾ ਜਿੰਨਾ ਕੁ ਆਪਣਾ ਇਸਤੇਮਾਲ ਹੈ ਕੰਮ ਚੱਲ ਜਾਏਗਾ ਬਿੱਲ ਬਿਲਕੁਲ ਫਰੀ ਤਕਰੀਬਨ ਜੇ ਨਾ ਰਾਤ 11 ਕੁ ਵਜੇ ਤੱਕ ਚੱਲਿਆ ਕਰੇਗਾ ਉਸ ਤੋਂ ਬਾਅਦ ਜੇ ਤੁਹਾਨੂੰ ਮਤਲਬ ਕਿ ਵਾਪਟੇ ਦਾ ਇਸਤੇਮਾਲ ਕਰਨਾ ਪੈਣਾ ਹੈਗਾ ਲੇਕਿਨ ਇਹ ਹੈਗਾ ਅੱਲਾ ਖੈਰ ਕਰੇਗਾ ਇਨਸ਼ਾਅੱਲਾ ਹੁਣ ਤਾਂ ਨਹੀਂ ਵੈਸੇ ਮੈਂ ਪਤਾ ਕੀਤਾ ਕਿਉਂਕਿ ਨਾ ਇੱਕ ਬਾਈ ਨੇ ਲਗਵਾਇਆ ਹੁੰਦਾ ਕੁਛ ਮੈਂ ਇੰਨਾ ਹੈਗਾ ਕੀ ਖਰਚਾ ਆਏਗਾ ਉਹਨੇ ਕਿਹਾ ਕੋਈ ਨਹੀਂ ਜਿਸ ਟਾਈਮ ਲੈਣ ਆਏ ਉਹ ਲੇਕਿਨ ਇੰਨਾ ਖਰਚਾ ਕੋਈ ਨਹੀਂ ਵੈਸੇ ਤਾਂ ਅਲਬਤਾ ਜਿੰਨਾ ਗੁੜ ਉਨਾ ਮਿੱਠਾ ਹੈਗਾ ਕਹਿ ਕੇ ਚਲੋ ਸਹੀ ਹੋ ਗਿਆ ਬਾਕੀ ਸਟੈਪ ਵਾਈਜ਼ ਜੇ ਨਾ ਆਹਿਸਤਾ ਆਹਿਸਤਾ ਜੇ ਨਾ ਅਜੇ ਕਾਫੀ ਸਾਰੇ ਕੰਮ ਕਰਨੇ ਨੇ ਉਹ ਹਾਂਜੀ ਬੇਟਾ ਹੈ ਜੀ ਨਵਾਂ ਕੁੱਤਾ ਅਗਲੇ ਤਾਂ ਸਾਰੇ ਗਏ ਮਮਨ ਜੀ ਸਾਹ ਇਹ ਕੀ ਹੋ ਰਿਹਾ
ਇਹਦਾ ਕੀ ਕਰਦਾ? ਹਾਂਜੀ ਬੇਟਾ ਜੀ ਸੁਬਾਹ ਬਖੈਰ। ਮੈਂ ਤਾਂ ਮਤਲਬ ਕਿ ਆ ਗਿਆ ਕਿ ਕੱਲ੍ਹ ਵਾਲੇ ਬਿਲਾਵੇ ਸ਼ਹਿਰ ਦੇ ਲੱਗ ਕੇ ਇਕੱਠੇ ਕਰਨ ਲੱਗਿਆ ਗਿਆ। ਅਲਹਮਦੁਲਿਲਾ ਕਿਲਾ ਨਹੀਂ ਪਤਾ ਮਤਲੀ ਚਾਲ ਖੈਰ ਕਿਉਂਕਿ ਨਾ ਈਦ ਦੇ ਪਿੱਛੇ ਰਹਿ ਗਏ ਤਿੰਨ ਕੁ ਦਿਨ। ਤੂੰ 5,000 ਜਣੇ ਦੁਕਾਨ ਦਾ ਜਮ੍ਹਾਂ ਕੀਤਾ ਆ ਗਿਆ, 2,000-4,000 ਜਣੇ ਨਾਲ ਉਧਾਰ ਕਰ ਲੈਂਦੇ ਹਾਂ। ਕਿਉਂਕਿ ਅਗਰ ਇੱਕ ਚੀਜ਼ ਲਿੱਤੀ ਜਾਵੇ ਨਾ ਇੱਕ ਚੀਜ਼ ਇਹਨੇ ਖਤਮ ਹੋ ਜਾਂਦੀ। ਚੀਨੀ ਬਿਲਕੁਲ ਹੀ ਖਤਮ ਹੈਗੀ। ਜਿਹੜੇ ਕਸਟਮਰ ਆਉਂਦੇ ਹੈਗੇ ਚੀਨੀ ਲੈਣ, ਚੀਨੀ ਇਹ ਨਾ ਹੋਏ ਤਾਂ ਫਿਰ ਜੇ ਇੰਨਾ ਤਿੰਨ ਕਿ ਮਤਲਬ ਚੀਨੀ ਮਿਲੀ ਉੱਥੋਂ ਪੱਤੀ ਵੀ ਲੈ ਲਿਆ ਸਾਰੇ। ਇਸੇ ਤਰੀਕੇ ਬਾਕੀ ਚਾਵਲ ਵਗੈਰਾ ਅਗਰ ਸਾਰੀ ਚੀਜ਼ ਹੋ ਜਾਂਦੀ ਤਾਂ ਬਿਹਤਰੀਨ ਆ। ਲੇਕਿਨ ਇਹ ਹਾਜ਼ਰ ਮੌਕੇ ਜੇ ਇੰਨਾ ਅੱਧੀ ਇੱਕ ਬੋਰੀ ਜੇ ਇੰਨਾ ਲੈ ਲੈਂਦੇ ਹਾਂ ਚੀਨੀ ਦੀ, ਅਤੇ ਨਾਲ ਜੇ ਇਹਨਾਂ ਥੋੜ੍ਹਾ ਜਿਹਾ ਘੀ ਲੈ ਲੈਂਦੇ ਹੈਗੇ ਆ, ਅਤੇ ਥੋੜ੍ਹਾ ਥੋੜ੍ਹਾ ਜਿਹਾ ਸਮਾਨ ਹੈਗਾ ਉਹ ਜਿੰਨੇ ਪੈਸੇ ਹੈਗੇ ਆ 5,000 ਹੈਗਾ ਜਮ੍ਹਾਂ ਕੀਤਾ ਗਿਆ। ਕਿਹਾ ਮੈਂ ਤਾਂ ਜਿਹਨਾਂ ਵਿੱਚ ਨਹੀਂ ਪਾਉਣਾ ਇਨ ਟਾਈਮ, ਤਾਂ ਜਿੰਨਾ ਸਮਾਨ ਹੈ ਸਰ 5,000 ਹੋ ਕਰਕੇ ਡੇਲੀ ਬੇਸ 'ਤੇ ਜਮ੍ਹਾਂ ਕੀਤਾ ਗਿਆ ਕਿ ਇਹਦੇ ਨੇੜੇ ਕਰਕੇ ਲੈ ਲਵਾਂ। ਕਿਉਂਕਿ ਬਾਕੀ ਬੋਤਲਾਂ ਵਗੈਰਾ ਥੋੜ੍ਹੀਆਂ ਜਿਹੀਆਂ ਇੱਧਰ ਪਈਆਂ, ਬਾਕੀ ਜੇ ਨਾ ਬੋਤਲਾਂ ਸਾਰੀਆਂ ਵਿੱਚ ਆ ਪਈਆਂ ਗੀਆਂ, ਅਤੇ ਇਸ ਕਰਕੇ ਇਨਸ਼ਾਅੱਲਾ ਉਹਨੇ ਹੈਗਾ ਕੱਲ੍ਹ ਕਿ ਜੇ ਇੰਨਾ ਸਮਾਨ ਲੈ ਕੇ ਆਉਂਦਾ ਹੈਗਾ ਥੋੜ੍ਹਾ ਬਹੁਤ ਜੇ ਨਾ, ਤਾਂ ਕਿ ਜੇ ਦੁਕਾਨ ਦਾ ਥੋੜ੍ਹਾ ਬਹੁਤ ਜ਼ਰੂਰੀ ਹੈ ਲੈ ਲਿਆ। ਸਾਰੇ ਮੇਨ ਚੀਨੀ ਹੈਗੇ, ਥੋੜ੍ਹਾ ਜਿਹਾ ਘੀ ਲੈ ਲਵਾਂਗੇ, ਅਤੇ ਇੱਕ ਦੋ ਪੈਟ ਬੋਤਲਾਂ ਨੂੰ ਲੈ ਲਵਾਂਗੇ, ਤਾਂ ਕਿ ਜਿਹਨਾਂ ਥੋੜ੍ਹਾ ਥੋੜ੍ਹਾ ਡਿਸਪਲੇ ਵੀ ਆ ਜਾਏਗਾ, ਕੰਮ ਔਖੇ ਹੋ ਜਾਏਗਾ। ਕਿਉਂਕਿ ਮੈਂ ਜ਼ਰੂਰੀ ਹੈਗਾ 4 ਦਿਨ ਹੈਗਾ ਸਮਾਨ, ਮਤਲਬ ਚਾਵਲ ਵਗੈਰਾ ਸੇਮੀਆਂ ਆ ਰੱਖਿਆ ਹੁੰਦੀ ਈਦ 'ਤੇ ਕਮ ਅਜ਼ ਕਮ 20-30,000 ਰੁਪਏ ਈਦ 'ਤੇ ਤੱਕ ਜਿਹਨਾਂ 1-2 ਦਿਨਾਂ ਦਾ ਪ੍ਰੋਫਿਟ ਹੋ ਜਾਣਾ। ਕਿਉਂਕਿ ਮਾਸ਼ਾਅੱਲਾ ਸੇਲ ਹੀ ਬਹੁਤ ਜ਼ਿਆਦਾ ਹੁੰਦੀ ਅਗਰ ਸਮਾਨ ਹੋਏ ਤਾਂ। ਅਗਰ ਸਮਾਨ ਵਿੱਚ ਸਮਾਨ ਹੀ ਨਾ ਹੋਏ ਤਾਂ ਫਿਰ ਸੇਲ ਕੀ ਹੋਣੀ ਅਤੇ ਪ੍ਰੋਫਿਟ ਕੀ ਹੋਣਾ। ਲੇਕਿਨ ਅਲਹਮਦੁਲਿਲਾ ਅੱਲਾਹ ਦਾ ਸ਼ੁਕਰ ਹੈ ਕਿ 7-8 ਸੌ ਰੁਪਏ ਜੇ ਨਾ ਇੰਨੇ ਸਿਰ ਥੋੜ੍ਹਾ ਜਿਹਾ ਸਮਾਨ ਹੈ ਇਹਦੇ 'ਚ ਪ੍ਰੋਫਿਟ ਜੇ ਨਾ ਦਿਹਾੜੀ ਦਾ ਆ ਦਿੰਦਾ ਹੈਗਾ। ਲੇਕਿਨ ਹੈਗਾ ਉੱਧਰ ਤੁਹਾਨੂੰ ਪਤਾ ਕਿ ਪੂਰੀ ਫੈਮਿਲੀ ਹੈਗੀ, ਫਿਰ ਕਿਤੇ ਉਹ ਸਿਸਟਮ ਚੱਲਦਾ ਹੈਗਾ। ਲੇਕਿਨ ਅੱਲਾਹ ਦਾ ਲੱਖ ਲੱਖ ਸ਼ੁਕਰ ਬਾਅਦ ਦੁਆ ਕੀਤੀ ਕਰੋ ਅੱਲਾਹ ਪਾਕ ਤੁਹਾਡੇ ਹਾਲ 'ਤੇ ਵਿਰਾਮ ਕਰਮ ਫਰਮਾਏ, ਤੁਹਾਡੀਆਂ ਤਮਾਮ ਪਰੇਸ਼ਾਨੀਆਂ ਦੂਰ ਕਰੇ। ਬਾਕੀ ਵੇਖਣ ਨਾਲ ਜਿੰਨੇ ਕੁ ਪੈਣ ਵੇ ਅੱਲਾਹ ਪਾਕ ਸਾਹਿਬ ਦੇ ਹਾਲ 'ਤੇ ਰਹਿਮ ਕਰਮ ਫਰਮਾਏ, ਜਿਹੜੇ ਇਹਨਾਂ ਨੇ ਸਾਹ ਦਿੱਤੇ ਸ਼ੁਰੂ ਤੋਂ ਹੁਣ ਤੱਕ ਅੱਜ ਤੱਕ ਅੱਲਾਹ ਪਾਕ ਹਰ ਦੀ ਮੁਰਾਦ ਪੂਰੀ ਕਰੇ। ਬਸ ਇਹ ਜ਼ਰੂਰੀ ਆ ਕੇ ਤੁਹਾਡੇ ਕੋਲ ਸਮਾਨ ਮੈਂ ਲੈ ਕੇ ਆਉਂਦੇ ਹੈਗੇ, ਫਿਰ ਆਹਿਸਤਾ ਸਾਰੀ ਚੀਜ਼ਾਂ ਇਹ ਵੀ ਜੇ ਨਾ ਹੈਗਾ ਛੋਟਾ, ਲੇਕਿਨ ਹੈਗਾ ਰਾਤ ਨੂੰ ਇਹ ਬੰਦ ਕਰ ਦਈਦਾ ਤਾਂ ਕਿ ਜੇ ਬਿੱਲੀ ਛਿੱਲੀ ਆ ਕੇ ਜੇ ਨਾ ਕੋਈ ਚੀਜ਼ ਖਰਾਬ ਵਗੈਰਾ ਨਾ ਕਰਨ। ਬੇਗਾ ਮੈਂ ਤਾਂ ਦੋਹਰੀ ਹੈ ਕੱਪੜੇ ਵਗੈਰਾ ਅਤੇ ਨਾਲ ਦੇ ਨਾਲ ਬਰਤਨ ਵਗੈਰਾ। ਮੈਂ ਕਿਹਾ ਜੇ 5,000 ਰੁਪਏ ਜਮ੍ਹਾਂ ਕੀਤਾ, ਕਿਉਂਕਿ ਮੈਂ ਤਾਂ ਇਸ ਲਈ ਜਮ੍ਹਾਂ ਕੀਤਾ ਗਿਆ ਕਿ ਸਮਾਨ ਪਾਈਏ ਨਾ ਪਾਈਏ ਤਾਂ ਮਸਲਾ ਮਸਾਇਲ ਹੋ ਸਕਦਾ, ਕੋਈ ਡਾਕਟਰ ਫੀਸ ਵਗੈਰਾ ਕੇਸ ਵਗੈਰਾ ਹੁੰਦਾ ਹੈਗਾ ਇਸ ਕਰਕੇ। ਲੇਕਿਨ ਇਹ ਹੈਗਾ ਕਿ ਮੈਂ ਨਾ ਕਿ ਉਹ ਈਦ 'ਤੇ ਲਗਾਉਣ ਵੀ ਨਾ ਮੈਂ ਕਿ ਈਦ 'ਤੇ ਸਮਾਨ ਪਾ ਲੈਂਦੇ ਹੁਣ ਅਤੇ ਨਾਲ ਥੋੜ੍ਹਾ ਬਹੁਤ ਮਜ਼ੀਦ ਉਧਾਰ ਕਰ ਲੈਂਦਾ। ਅੱਲਾਹ ਖੈਰ ਕਰਕੇ ਅਗਰ ਕੋਈ ਪਰੇਸ਼ਾਨੀ ਬਣੀ ਤਾਂ ਫਿਰ ਵੇਖਿਆ ਜਾ ਸਕਿਆ। ਲੇਕਿਨ ਇਹ ਮੈਂ ਦੁਕਾਨ 'ਚ ਥੋੜ੍ਹਾ ਬਹੁਤ ਸਮਾਨ ਪਾ ਲਈਏ ਤਾਂ ਕਿ ਜੇ ਨਾ ਕੰਮ ਔਖੇ ਹੋ ਜਾਵੇ ਦੁਕਾਨ 'ਚ ਕੋਈ ਸਮਾਨ ਹੋ, ਕਿਉਂਕਿ ਚੀਨੀ ਕੋਈ ਘੀ ਕੋਈ ਕਾਫੀ ਸਾਰੀ ਚੀਜ਼ਾਂ ਕੋਈ ਮੈਂ ਕਮ ਅਜ਼ ਕਮ ਚੀਨੀ ਘੀ ਤਾਂ ਹੋ ਜਾਵੇ। ਅਤੇ ਬਾਕੀ ਇਹ ਹੈਗਾ ਇਨਸ਼ਾਅੱਲਾ ਅੱਲਾਹ ਪਾਕ ਖੈਰ ਕਰੇਗਾ, ਫਿਰ ਦੁਕਾਨ 'ਚ ਜੇ ਨਾ ਕਿਸੇ ਤੱਕ 5-5 ਸੌ ਕਰਕੇ ਜਮ੍ਹਾਂ ਕਰ ਲਈ ਸਾਂਗੇ ਕੁਛ ਤਾਂ ਪੈਸੇ ਹੋ ਜਾਣਗੇ, ਤਾਂ ਕਿ ਜੇ ਨਾ ਕੇਸ ਲਈ ਪੈਸੇ 4 ਪੈਸੇ ਜਮ੍ਹਾਂ ਹੋ ਰਹੇ ਸਨ ਕੀ ਆ ਨਹੀਂ ਸਹੀ ਨਹੀਂ ਸਹੀ ਹੈਗਾ। ਚੱਲਦੇ ਇਨਸ਼ਾਅੱਲਾ ਲੈ ਆਉਂਦੇ ਹਾਂ ਸਮਾਨ ਲੈਣ। ਮੇਰਾ ਉਹਨੇ ਕਿਹਾ ਕਿ ਇਸ ਤਰੀਕੇ ਕਰੋ ਕਿ ਨਾ ਉਹ ਜੇ ਨਾ 5,000 ਹੈਗਾ ਉਧਾਰ ਵਗੈਰਾ ਨਹੀਂ ਜੇ ਨਾ ਲਵੋ, ਅਤੇ 5,000 ਵਿੱਚ ਜੇ ਨਾ ਕੋਈ 2,000 ਰੱਖ ਲਓ ਤਾਂ ਕਿ ਬੰਦਾ ਗੱਡੀ ਵਗੈਰਾ ਕਰਾ ਕੇ ਐਮਰਜੈਂਸੀ ਵਗ ਜਾਂਦਾ, ਭਾਵੇਂ ਅੱਗੇ ਸਰਕਾਰੀ ਹਸਪਤਾਲ ਵਗ ਜਾਂਦਾ, ਬਾਕੀ ਬਾਅਦ 100 ਹੋ ਜਾਂਦੀ ਗੱਲਬਾਤ। ਲੇਕਿਨ ਹਾਜ਼ਰ ਮੌਕੇ ਜੇ ਨਾ 3,000 ਤਾਂ ਫਿਰ ਸਮਾਨ ਲੈਂਦਾ ਉਧਾਰ ਨਹੀਂ ਲੈਣ ਲੱਗਾ। ਚੱਲਦੇ ਹਾਂ।
ਆ ਗਿਆ ਚੀਨੀ ਜਿਹਨਾਂ ਕੋਈ 10 ਕਿਲੋ ਲੈ ਲੈਂਦੇ ਆ ਨਾਲ ਜਿਹਨਾਂ ਕੋਈ ਬਾਕੀ ਚੀਜ਼ਾਂ ਥੋੜ੍ਹੀਆਂ ਜਿਹੜੀਆਂ ਉਹ ਲੈ ਲੈਂਦੇ ਲੈ ਚੱਲਦੇ ਇਨਸ਼ਾ ਅੱਲਾਹ ਕੋਈ ਇੱਕ ਪੈਟ ਬੋਤਲਾਂ ਦਾ ਲਿਆ ਇਹ 800 ਦਾ ਖਾਲੀ ਪੈਟ ਬੋਤਲਾਂ ਦਾ ਆਇਆ ਨਾਲ 10 ਕਿਲੋ ਚੀਨੀ ਲਈ ਹੈਗੀ ਕੋਈ 3-5 ਕਿਲੋ ਘਿਓ ਲਿਆ ਹੈਗਾ ਅਤੇ ਟੋਟਲ ਸਮਾਨ ਇਹ 4100 ਰੁਪਏ ਖਾਲੀ ਇੰਨਾ ਕੁ ਹੋ ਗਿਆ ਕੇਲਾ 3000 ਦਾ ਲੈਣਾ 4200 ਦਾ ਹੋ ਗਿਆ ਆ ਗਿਆ ਫਿਰ ਡਿਟੇਲ ਖਾਲੀ ਪਾਇਆ ਅਤੇ ਕਿਤੇ ਪਰਚੀ ਵੀ ਹੋਣੀ ₹4115 ਦਾ ਆਹ ਥੋੜ੍ਹਾ ਜਿਹਾ ਸਮਾਨ ਬਹੁਤ ਮਹਿੰਗਾਈ ਹੋਈ ਹੁਣ ਜੇ ਨਾ ਬੰਦ ਕਰ ਦਿੱਤੇ ਨੇ ਛਾਪਰ ਵਗੈਰਾ ਦੂਸਰੇ ਹੁਣ ਛਾਪਰ ਚੱਲ ਰਿਹਾ ਆਹ ਇੱਕ ਨਾ ਇੱਕ ਹੋਰ ਕਿਸਮ ਦਾ ਹੈਗਾ ਉਹ ਬਣੇ ਹੋਏ ਫੋਮੇ ਜੇ ਦੀ ਛੋਟੇ ਬੈਗ ਉਹ ਚੱਲ ਪਿਆ ਵਗੈਰਾ ਜੋੜ ਲੈਂਦੇ ਹਾਂ ਸਮਾਨ ਜੇ ਨਾ ਰੱਖ ਹਾਂਜੀ ਤਾਂ ਹੁਣ ਦੁਪਹਿਰ ਦੀਆਂ ਬਣਾਈਆਂ ਜਾ ਰਹੀਆਂ ਰੋਟੀਆਂ ਸਾਲਾਂ ਜੇ ਨਾ ਬਣ ਰਿਹਾ ਰੋਟੀਆਂ ਅੰਮੀ ਹੋਰਾਂ ਪਕਾ ਰਹੀਆਂ ਮਾਸ਼ਾਅੱਲਾ ਜ਼ਬਰਦਸਤ ਕਰਕੇ ਕੀ ਬਣਿਆ ਕੋਈ ਨਹੀਂ ਬਰੇ ਭਾਰ ਚਲਾਈ ਕੋਈ ਮੋਟਰ ਅਤੇ ਬ੍ਰੇਕ ਆ ਫੋਨ ਚਲਾਉਣਾ ਕਿਉਂਕਿ ਟਾਈਮ ਚੋਣ ਹੋ ਗਿਆ ਬਾਬੇ ਹੋਰੀ ਆ ਜਾਣਗੇ ਮਾਸੀ ਹੋਰੀ ਹੁਣ ਜੇ ਇੰਨਾ ਚਲੇ ਗਿਆ ਗਿਆ ਅੰਮੀ ਨਾਲ ਗਈ ਹੈ ਮੈਂ ਕਿਹਾ ਨਾ ਅੰਮੀ ਨਾਲ ਗਈ ਬਾਬੇ ਹੋਰੀ ਅੱਛਾ ਅੱਗੇ ਗੁਦਾਨਾ ਵਗੈਰਾ ਜੇ ਇੰਨਾ ਚੱਲੇ ਜਾ ਰਹੇ ਹਨਗੇ ਬਾਹਰ ਗਿਆ ਆ ਰਿਹਾ ਹੀਰਾ ਕਿਆ ਜੇ ਨਾ ਛੰਡ ਰਹੇ ਹੈਗੇ ਦਾਣੇ ਕਿਉਂਕਿ ਇੰਨੇ ਸਾਰੇ ਜੇ ਨਾ ਛੰਡ ਰਹੇ ਹੈਗੇ ਆ ਇਸ ਤੋਂ ਬਾਅਦ ਜੇ ਨਾ ਫਿਰ ਜੇ ਨਾ ਮਨ ਮਨ ਜੇ ਨਾ ਛੰਡੇ ਜਾਵਣਗੇ ਕਿਉਂਕਿ ਨਾ ਇਹ ਅਲੱਗ ਆਉਣਗੇ ਥੋੜ੍ਹੇ ਜਿਹੇ ਇਸ ਕਰਕੇ ਜੇ ਨਾ ਚਲੋ ਸਹੀ ਜੇ ਨਾ ਜਾ ਰਿਹਾ ਆ ਗਿਆ ਇੱਥੇ ਮੁਹੰਮਦ ਹੀ ਸਾ ਘਰੋਂ ਚੱਲਿਆ ਹੈਗਾ ਕਹਿੰਦਾ ਬਾਬਾ ਮੈਂ ਸੁਣ ਲਿਆ ਅਤੇ ਹੁਣ ਵੱਜਾ ਹੁੰਦਾ ਹੈਗਾ ਮੈਂ ਚੱਲਿਆ ਇੱਥੇ ਮਿਸਤਰੀ ਬਾਈ ਹੈਗਾ ਉਹਦੇ ਕੋਲ ਐਵੇਂ ਇਨਫੋਰਮੇਸ਼ਨ ਲਿਖ ਪੁੱਛਾਂ ਕਿਉਂਕਿ ਮਿਸਤਰੀ ਕਾਫੀ ਅੱਛਾ ਹੈ ਇੱਥੇ ਲੱਗੇ ਹੋਏ ਘਰੇ ਉਹਦੇ ਕੋਲ ਐਸਟੀਮੇਟ ਜਾ ਪੁੱਛਾਂ ਕਿ ਵੀ ਨਾ ਕਿੰਨਾ ਕੁ ਮਜ਼ਦੂਰੀ ਉਹਨਾਂ ਦੀ ਲੱਗਦੀ ਹੈਗੀ ਰੋੜੇ ਛੋਲੇ ਜੇ ਇੰਨਾ ਖਤਮ ਹੋ ਜਾ ਹਾਂਜੀ ਉਹ ਤੇਰਾ ਭਲਾ ਹੋਵੇ ਮੰਮਾ ਦੀ ਸਾ ਜੁੱਤੀ ਕਰੇ ਮੁੰਡਾ ਆਇਆ ਮੈਂ ਕਿ ਜੇ ਨਾ ਪਾਣੀ ਜੇ ਨਾ ਛਿੜਕਾ ਲੈ ਗਿਆ ਬਾਈ ਉਰੇ ਜੇ ਨਾ ਅਜੇ ਕੰਮ ਨੂੰ ਲੱਗਿਆ ਉਹਨਾਂ ਕਿ ਛੁੱਟੀ ਕਰਕੇ ਆਉਣਾ ਹੈਗਾ ਦੱਸਣਾ ਮੈਂ ਕਿ ਜੇ ਨਾ ਪੁੱਛ ਲਈਏ ਵੀ ਇਹ ਖਿਲਾਰਾ ਜੇ ਨਾ ਹੈਗਾ ਵੀ ਉਹ ਕਿੰਨਾ ਮੇਰੇ ਹਿਸਾਬ ਨਾਲ ਗਾਣਾ ਖਰਚਾ ਤਾਂ ਕੋਈ ਕਿਉਂਕਿ ਬਜਰੀ ਜੇ ਨਾ ਲਈ ਹੋਈ ਹੈਗੀ ਆਹਿਸਤਾ ਆਹਿਸਤਾ ਪਤਾ ਕਿ ਸਾਰੇ ਲੈਣ ਦੇਣ ਦਾ ਖਤਮ ਹੁੰਦੇ ਜਾਣਗੇ ਅਤੇ ਪੁੱਛ ਲੈਂਦੇ ਹਾਂ ਫਿਰ ਜਦੋਂ ਹੋਇਆ ਬੰਦੇ ਜੇ ਨਹੀਂ ਰਹਿੰਦਾ ਹੈਗਾ ਇਸ ਕਰਕੇ ਮੇਰੇ ਹਿਸਾਬ ਨਾਲ ਜੇ ਨਾ ਇੰਨਾ ਖਰਚਾ ਤਾਂ ਕੋਈ ਹੋਣਾ ਇੰਨੀ ਸਾਰੀ ਬਜਰੀ ਇਸ ਤੋਂ ਦੋ ਗੁਣਾ ਜ਼ਿਆਦਾ ਲੈਣੀ ਪਾਉਣੀ ਬਸ ਦੇਖ ਲੈਂਦੇ ਜੋ ਭਾਈ ਹੋਰੀ ਜੇ ਨਾਲ ਗੱਲ ਕਰਦੇ ਹੈਗੇ ਆ ਮਤਲਬ ਕਿੰਨੇ ਕੁ ਜੇ ਨਾ ਹੋਰ ਇਹਦੇ 'ਚ ਸੀਮੈਂਟ ਬਜਰੀ ਸੀਮੈਂਟ ਕਿੰਨਾ ਪਾਉਣਾ ਹੈਗਾ ਬਜਰੀ ਕਿੰਨੀ ਹੋਰ ਪਾਉਣੀ ਹੈ ਰੇਤਾ ਕਿੰਨਾ ਪਾਉਣਾ ਹੈਗਾ ਖਰਚਾ ਵਾਹਵਾ ਹੋ ਜਾਣਾ ਮੈਨੂੰ ਲੱਗਿਆ ਥੋੜ੍ਹਾ ਹੋਣਾ ਹੈ ਕਿਉਂਕਿ ਦਿਨ ਐਤਮਾ ਹੋ ਗਿਆ ਕਮ ਅਜ਼ ਕਮ 2-3 ਦਿਨ ਮਿਸਤਰੀ 'ਤੇ ਲੱਗਣੇ ਨੇ ਅਗਰ 2 ਮਿਸਤਰੀ ਲਗਾਏ ਜਾਵੇ ਇੱਕ ਦਿਨ ਸਮਝੋ ਕਿ ਇਸ ਤੋਂ ਪਹਿਲਾਂ ਜਾਵੇ ਇੱਕ ਦਿਨ ਲੱਗ ਜਾਵੇ ਅਤੇ ਜੇ ਨਸ਼ਤਾ ਆ ਰਿਹਾ ਇਸ ਤੋਂ ਪਹਿਲਾਂ ਲਾਰਾ ਖਤਮ ਹੋ ਸਕਦਾ ਮੇਰੇ ਹਿਸਾਬ ਨਾਲ ਜ਼ਿਆਦਾ ਤੋਂ ਜ਼ਿਆਦਾ ਦੇਣਾ ਕਿ ਐਗਜੈਕਟ ਦੇਣਾ ਪਾਈ ਹੋਰੀ ਦੱਸਾਂਗੇ ਕਿੰਨਾ ਜਿਹਦੇ 'ਚ ਲੱਗਣਾ ਹੈਗਾ ਖਰਚਾ ਸਾਰਾ ਬਾਹਰ ਹੀ ਪਾਣੀ ਛਿੜਕਾਇਆ ਅੰਦਰ ਦੁਬਾਰਾ ਫਿਰ ਛਿੜਕਾਇਆ ਹੈਗਾ ਬੇਗਮ ਨੇ ਜੇ ਨਾ
ਕਾਫੀ ਕੱਪੜੇ ਛੁਪੜੇ ਧੋਤੇ ਹੈਗੇ ਆ ਜਿਹਨਾਂ ਸਾਰਾ ਹੈਡ ਜਾਣ ਲੱਗ ਜੇ ਨਾ ਮਿੱਟੀ ਮਿੱਟੀ ਜਿਹੀ ਲੱਗਦੀ ਪਈ ਸਾਫ਼ ਸੁਥਰੀ ਚਮਕ ਚਮਕ ਜਾਏ ਫਿਰ ਮੈਂ ਲਾ ਰਹੀ ਹੈਗੀ ਬੱਚਿਆਂ ਨੂੰ ਮਰਜ਼ੀ ਸਾਨੂੰ ਨਵਾ ਲਿਆ ਫਿਰਿਆ ਪਿਆ ਜੀ ਜ਼ਬਰਦਸਤ ਹੋ ਗਿਆ ਮਾਸ਼ਾਅੱਲਾ।